ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਸਾਰੇ ਕਰਮਚਾਰੀਆਂ ਦੁਆਰਾ ਕੰਮ ਕਾਜ ਠੱਪ ਕਰਕੇ ਇੱਕ ਦਿਨ ਦੀ ਹੜਤਾਲ ਤੇ ਚਲੇ ਗਏ ਹਨ। ਕਰਮਚਾਰੀਆਂ ਦਾ ਕਹਿਣਾ ਹੈ ਜਿਸ ਤਰ੍ਹਾਂ ਸਿਮਰਜੀਤ ਸਿੰਘ ਬੈ ਸਰਕਾਰੀ ਦਫ਼ਤਰਾਂ 'ਚ ਜਾ ਕੇ ਸਰਕਾਰੀ ਅਫਸਰਾਂ ਨਾਲ ਦੁਰਵਿਵਹਾਰ ਕਰਦੇ ਹਨ, ਇਹ ਗਲਤ ਹੈ। ਜਿਵੇਂ ਕਿ ਹਾਲ ਹੀ 'ਚ ਉਹਨਾਂ ਨੇ ਗੁਰਦਾਸਪੁਰ ਦੇ ਡੀਸੀ ਨਾਲ ਕੀਤਾ ਹੈ, ਉੱਥੇ ਹੀ ਸਰਕਾਰੀ ਅਫਸਰਾਂ ਦਾ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ। ਕਰਮਚਾਰੀਆਂ ਦੀ ਮੰਗ ਹੈ ਕਿ ਬੈਂਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਉਹਨਾਂ ਦਾ ਕਹਿਣਾ ਹੈ ਜੇਕਰ ਸਰਕਾਰ ਨੇ ਇਸ 'ਤੇ ਕਾਰਵਾਈ ਨਾ ਕੀਤੀ ਤਾਂ ਉਹ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਬਣਾ ਕੇ ਬੋਡੀਆਂ ਸਰਚ ਕਰਨ ਦੇ ਲਈ ਅਤੇ ਹੋਰ ਇੰਤਜ਼ਾਮ ਕੀਤੇ ਜਾ ਰਹੇ ਸੀ ਅਤੇ ਉੱਥੇ ਸਾਡੇ ਐੱਮ ਐੱਲ ਏ ਸਿਮਰਜੀਤ ਸਿੰਘ ਬੈਂਸ ਤੋਂ ਸਾਡੇ ਲੁਧਿਆਣੇ ਤੋਂ ਆਤਮਨਗਰ ਤੋਂ ਐੱਮ ਐੱਲ ਏ ਨੇ ਉੱਥੇ ਗਏ ਸੀ ਅਤੇ ਉਹਨਾਂ ਨੇ ਜਾ ਕੇ ਡੀ ਸੀ ਬਟਾਲਾ ਨਾਲ ਬਹੁਤ ਹੀ ਅਪਸ਼ਬਦ ਦੀ ਵਰਤੋਂ ਕੀਤੀ ਆ। ਉੱਥੇ ਗਏ ਲੋਕਾਂ ਦੇ ਹਿੱਤ ਦੇ ਲਈ ਗਏ, ਅਸੀਂ ਬਿਲਕੁਲ ਨਾਲ ਹਾਂ ਉਹਨਾਂ ਦੇ, ਪਰ ਜਿਹੜੀ ਅਪਸ਼ਬਦਾਵਲੀ ਡੀ ਸੀ ਦੇ ਲਈ ਵਰਤੀ ਗਈ ਹੈ ਉਹ ਅਸੀਂ ਉਹਦੀ ਪੂਰਜੋਂ ਨਿੰਦਾ ਕਰਦੇ ਹਾਂ। ਇਸ ਕਰਕੇ ਅਸੀਂ ਪ੍ਰੋਟੈਸਟ 'ਤੇ ਪਹਿਲਾਂ ਹੀ ਪਰਸੋਂ ਕਾਲ ਕਰਤੀ ਸੀਗੀ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਐੱਫ ਆਈ ਆਰ ਜਿਹੜੀ ਆ ਰਜਿਸਟਰ ਹੋ ਚੁੱਕੀ ਆ। ਐੱਫ ਆਈ ਰਜਿਸਟਰ ਹੋਣ ਤੋਂ ਬਾਅਦ ਜੋ ਵੀ ਕਾਰਵਾਈ ਕੀਤੀ ਜਾਣੀ ਹੈ ਅਗਲੀ ਸਰਕਾਰ ਵੱਲੋਂ, ਅਸੀਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਕੀਤੀ ਜਾਵੇ। ਅਸੀਂ ਜਿਹੜੀ ਅੱਜ ਦੀ ਹੜਤਾਲ ਲੈ ਕੇ ਚੱਲੇ ਹੋਏ ਹਾਂ ਜੀ, ਬਟਾਲਾ ਵਿਖੇ ਇੱਕ ਅਗਨੀਕਾਂਡ ਹੋਇਆ ਸੀਗਾ ਜਿਹਦੇ ਵਿੱਚ ਪਟਾਕਾ ਫੈਕਟਰੀ ਅੱਗ ਲੱਗੀ ਸੀਗੀ। ਇਸ ਦੌਰਾਨ ਡੀ ਸੀ ਗੁਰਦਾਸਪੁਰ ਵੱਲੋਂ ਬਟਾਲਾ ਦੇ ਸਿਵਲ ਹੋਸਪਿਟਲ ਵਿੱਚ ਇੱਕ ਕੈਂਪ ਬੁਕਸ ਬਣਾਇਆ ਗਿਆ ਸੀਗਾ ਜਿੱਥੇ ਕਿ ਉਹ ਦਿਨ ਰਾਤ ਮਰੀਜ਼ਾਂ ਨੂੰ ਜਿਹੜੇ ਬੰਦੇ ਦਾਖਲ ਸੀ ਜਾਂ ਫੱਟੜ ਹੋਏ ਸੀ ਉਹਨਾਂ ਦੀ ਦੇਖ ਰੇਖ ਕਰ ਰਹੇ ਸੀ ਅਤੇ ਜਿਹਨਾਂ ਜਿਹੜੀਆਂ ਬੋਡੀਆਂ ਸੀਗੀਆਂ ਜਿਹਨਾਂ ਦੀ ਡੈਥ ਹੋ ਗਈ ਸੀਗੀ ਉਹਨਾਂ ਦੇ ਸਾਂਭ ਸੰਭਾਲ ਲਈ ਪਰਿਵਾਰਾਂ ਨੂੰ ਸਾਰਾ ਕੁਛ ਉਹਨਾਂ ਦਾ ਕਰ ਰਹੇ ਸੀ। ਇਸ ਦੌਰਾਨ ਜਿਹੜੇ ਸਿਮਰਜੀਤ ਸਿੰਘ ਬੈਂਸ ਆ ਉਹ ਬਟਾਲਾ ਵਿਖੇ ਗਏ, ਉਹਨਾਂ ਨੇ ਬਿਨਾਂ ਕੁਛ ਪੁੱਛ ਗਿੱਛ ਤੋਂ ਹੀ ਪਹਿਲੇ ਹੀ ਡੀ ਸੀ ਸਾਹਿਬ ਨਾਲ ਬਦਤਮੀਜ਼ੀ ਕੀਤੀ, ਜਿਸ ਕਰਕੇ ਡੀ ਸੀ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਸਾਰਾ ਕੰਮ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ, ਪਰ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਉਹਨਾਂ ਨੂੰ ਜਿਹੜੀ ਗੱਲ ਨਹੀਂ ਕਰਨੀ ਸੀ ਉਹ ਗੱਲ ਇਸ ਕਰਕੇ ਅਸੀਂ ਰੋਸ ਵਿੱਚ ਸਾਰਾ ਪੰਜਾਬ ਅੱਜ ਧਰਨੇ 'ਤੇ ਬੈਠੇ ਹਾਂ। ਅਸੀਂ ਲੱਗ ਰਿਹਾ ਇੱਕ ਦਿਨ ਦੀ ਹੜਤਾਲ ਨਾਲ ਕੀ ਬੈਂਸ ਸਾਹਿਬ ਕੁਛ ਸਬਕ ਲੈਣਗੇ? ਸਰ ਤੁਸੀਂ ਦੇਖ ਹੀ ਲਿਆ ਜੀ, ਹੜਤਾਲ ਤਾਂ ਹਜੇ ਸਾਡੀ ਹੜਤਾਲ ਦੀ ਕਾਲ ਆਈ ਸੀਗੀ, ਇਸ ਦੌਰਾਨ ਉਹਨਾਂ 'ਤੇ ਪਹਿਲੇ ਹੀ ਐੱਫ ਆਈ ਦਰਜ ਹੋ ਚੁੱਕੀ ਆ ਅਤੇ ਹੁਣ ਰਹੀ ਗ੍ਰਿਫਤਾਰੀ ਦੀ ਗੱਲ, ਸਾਨੂੰ ਪੂਰੀ ਉਮੀਦ ਆ ਸ਼ਾਮ ਤੱਕ ਉਹਨਾਂ ਦੀ ਗ੍ਰਿਫਤਾਰੀ ਹੋ ਜਾਏਗੀ। ਜੇ ਨਹੀਂ ਹੁੰਦੀ ਤਾਂ ਕੱਲ੍ਹ ਅਸੀਂ ਫਿਰ ਸਾਡੀ ਸਟੇਟ ਬਾਡੀ ਦੀ ਮੀਟਿੰਗ ਹੋਊਗੀ, ਮੀਟਿੰਗ 'ਚ ਜੋ ਫੈਸਲਾ ਹੋਊਗਾ ਉਸ ਤੋਂ ਲਿਖਿਆ ਜਾਵੇਗਾ। ਹੋ ਸਕੇ ਸੀ ਇਸ ਸੰਘਰਸ਼ ਹੋਰ ਤੇਜ਼ ਹੋ ਜਾਵੇ, ਹੁਣ ਇੱਕ ਦਿਨ ਦੀ ਸਟ੍ਰਾਈਕ ਹੈ ਫਿਰ ਅਣਮਿੱਥੇ ਸਮੇਂ ਦੀ ਸਟ੍ਰਾਈਕ ਹੋਏਗੀ। ਬਿਲਕੁਲ ਸਬਕ ਮਿਲਣਾ ਚਾਹੀਦਾ ਜੀ, ਅਸੀਂ ਆਸ ਕਰਦੇ ਹਾਂ ਕਿਉਂਕਿ ਸਾਡੇ ਸਮੂਹ ਡੀ ਸੀ ਦਫ਼ਤਰਾਂ ਦੀ ਹੜਤਾਲ ਹੈ, ਪੂਰੇ ਪੰਜਾਬ ਦੀ ਹੜਤਾਲ ਹੈ, ਸਾਡੀ ਇਕੱਲਿਆਂ ਦੀ ਹੜਤਾਲ ਨਹੀਂ ਹੈਗੀ। ਜੇ ਸਾਡੇ ਅਫਸਰਾਂ ਦੇ ਉੱਤੇ ਹੱਥ ਇੱਦਾਂ ਗਾਲੀ ਗਲੋਚ ਜਾ ਕੇ ਮਨ ਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਅਫਸਰਾਂ ਦੇ ਵੀ ਨਾਲ ਖੜੇ ਹਾਂ ਔਰ ਅਫਸਰਾਂ ਦਾ ਵੀ ਸਾਡੇ ਨਾਲ ਪੂਰਾ ਸਹਿਯੋਗ ਹੈ। ਬਿਲਕੁਲ, ਬੈਂਸ ਸਾਹਿਬ ਨੂੰ ਪੜ੍ਹੇ ਲਿਖੇ ਐੱਮ ਐੱਲ ਏ ਸਾਹਿਬ ਨੇ, ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ਼ ਨਹੀਂ ਬੋਲਣਾ ਚਾਹੁੰਦੀ, ਲੇਕਿਨ ਉਹਨਾਂ ਨੂੰ ਆਪ ਹੀ ਚਾਹੀਦਾ ਕਿ ਅਸੀਂ ਇਨ ਅਫਸਰਾਂ ਨਾਲ ਇੱਦਾਂ ਵਿਵਹਾਰ ਕਰਾਂਗੇ ਦਫ਼ਤਰਾਂ ਵਿੱਚ ਆ ਕੇ ਤਾਂ ਕੀ ਤੁਸੀਂ ਉਹ ਸਾਡੇ ਤੋਂ ਕੰਮ ਲੈ ਸਕਦੇ ਨੇ? ਬੁਲਾ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।